ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਕਾਇਮ ਰਹੋ, ਖੁਸ਼ ਰਹੋ, ਰਾਜ਼ੀ ਰਹੋ, ਚੜ੍ਹਦੀ ਕਲਾ 'ਚ ਰਹੀਏ, ਮਸਤ ਰਹੀਏ, ਖਿੜੇ ਖਿੜੇ ਰਹੀਏ, ਆਪਣੇ ਆਪ ਨਾਲ ਰਹੀਏ, ਰੰਗ 'ਚ ਰਹੀਏ, ਅੰਦਰੋਂ ਖੁਸ਼ ਰਹੀਏ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ, ਨਾਲ ਨਾਲ ਬਾਕੀਆਂ ਤੱਕ ਜਾਂਦਾ ਰਹਿੰਦਾ ਮੈਸੇਜ। ਮੈਂ ਨਾ ਰੋਜ਼ ਉੱਠਦਾ ਸੀ ਅਤੇ ਮੈਂ ਆਪਣੇ ਕਿਸੇ ਸਿੰਘ ਨੂੰ, ਸਾਡੇ ਇੱਥੇ ਵੀਰ ਸਾਡਾ, ਉਹਨੂੰ ਕਹਿਣਾ ਬਈ ਚਾਹ ਦਾ ਕੱਪ ਲਿਆਓ। ਕਿਚਨ 'ਚੋਂ ਜਾਣਾ, ਉਹਨਾਂ ਨੇ ਚਾਹ ਬਣਾਉਣੀ, ਮੇਰੇ ਲਈ ਚਾਹ ਲਿਆਉਣੀ। ਕੁਦਰਤੀ ਗੱਲ ਹੈ, ਜਦੋਂ ਤਿੰਨ ਜਣੇ ਬੈਠੇ ਹੋਣ ਤਾਂ ਆਪਾਂ ਗੱਲਬਾਤ ਵੀ ਸ਼ੁਰੂ ਕਰ ਦਿੰਦੇ ਹਾਂ, ਬੋਲਣ ਲੱਗ ਜਾਂਦੇ ਹਾਂ। ਮੇਰਾ ਮੰਨਣਾ ਇਹ ਹੁੰਦਾ ਵੀ 3 ਘੰਟੇ ਸਵੇਰੇ ਚੁੱਪ ਆਪਣੀ ਜਿਹੜੀ ਇਹਨਾਂ ਨੂੰ ਮੈਂਟੇਨ ਰੱਖ ਸਕਾਂ। ਮੈਂ ਜੇ 5 ਵਜੇ ਉੱਠਿਆ ਤਾਂ ਮੈਂ ਚੁੱਪ ਰਵਾਂ ਘੱਟ ਤੋਂ ਘੱਟ 8 ਵਜੇ ਤੱਕ, ਹੋ ਸਕੇ 9 ਵਜੇ ਤੱਕ। ਮੈਂ ਫੋਨ ਨਾ ਖੋਲ੍ਹਾਂ, ਮੈਂ ਆਪਣੇ ਮੂੰਹ ਤੋਂ ਬੋਲਾਂ ਵੀ ਨਾ। ਮੈਂ 3-4 ਘੰਟੇ ਆਪਣੇ ਆਪ 'ਚ ਰਵਾਂ। ਚਲੋ ਕੋਈ ਇਹ ਕੋਈ ਮੌਨ ਤਾਂ ਨਹੀਂ ਧਾਰਿਆ ਹੋਇਆ ਵੀ ਬੋਲਣਾ ਨਹੀਂ, ਐਮਰਜੈਂਸੀ ਹੈ ਤੁਸੀਂ ਕਹਿ ਸਕਦੇ ਹੋ ਵੀ ਆਹ ਚੀਜ਼ ਚਾਹੀਦੀ ਹੈ ਜਾਂ ਆਹ ਕੰਮ ਇੱਦਾਂ ਕਰ ਲਓ ਮਾੜਾ ਮੋਟਾ। ਜਿਹੜੇ ਲਗਾਤਾਰ ਬੋਲਣਾ, ਗੱਲਾਂ ਕਰਨੀਆਂ, ਖੱਪ ਖਪਈਆ, ਉਹ ਆਪਾਂ 3-4 ਘੰਟੇ ਉੱਠਣ ਤੋਂ ਬਾਅਦ ਮੈਂਟੇਨ ਰੱਖ ਲਈਏ ਆਪਣੀ ਚੁੱਪ ਨੂੰ। ਹੁੰਦਾ ਇਹ ਸੀ ਜਦੋਂ ਕੋਈ ਚਾਹ ਲੈ ਕੇ ਵੀਰ ਆਇਆ ਤਾਂ ਉਹਦੇ ਨਾਲ ਗੱਲਾਂ, ਅੱਛਾ ਕਿਵੇਂ ਹੈ, ਆਹ ਕਿਵੇਂ, ਕਿਉਂਕਿ ਸਾਹਮਣੇ ਬੈਠਾ ਗੱਲ ਕਰੀ ਜਾਂਦੇ ਹਾਂ ਤਾਂ ਉਹੀ ਚੱਲੀ ਜਾਂਦਾ। ਅਸੀਂ 2-3 ਜਣੇ ਹੋ ਜਾਈਦਾ ਸੀ ਅਤੇ ਗੱਲਾਂ ਕੁਦਰਤੀ ਸ਼ੁਰੂ ਹੋ ਜਾਂਦੀਆਂ ਸੀ, ਫਿਰ ਬੋਲਣ ਲੱਗ ਗਏ, ਗੱਲ ਸ਼ੁਰੂ ਹੋ ਗਈ। ਇਹ ਨਹੀਂ ਪਤਾ ਉਹ ਚਾਹ ਦੇ ਉੱਤੇ ਟੀ ਟੋਕ ਸ਼ੁਰੂ ਹੋ ਜਾਂਦੀ ਹੈ, ਚਾਹ ਵੀ ਪੀ ਲਈ ਅਤੇ 15 ਮਿੰਟ ਗੱਲ ਸਟਾਰਟ ਹੋ ਗਈ। ਬ੍ਰੇਨ ਜਿਹੜਾ ਸੀ ਹੋਰ ਹੀ ਪਾਸੇ, ਚੈਨਲ ਇਹਨੇ ਚੱਲ ਲਿਆ, ਬ੍ਰੇਨ ਜਿਹੜੀ ਸ਼ਾਂਤੀ ਸੀ ਉਹ ਹੋਰ ਹੀ ਪਾਸੇ ਨੂੰ ਚੱਲ ਪਈ। ਸਵੇਰੇ ਸਵੇਰੇ ਹੀ ਖਲਾਰਾ ਜਿਹਾ ਪੈ ਗਿਆ ਦਿਮਾਗ 'ਚ। ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਦਾਂ ਕਰੋ ਵੀ ਮੈਂ ਉੱਤੇ, ਮੇਰੀ ਜਿੱਥੇ ਮੈਂ ਰਿਹਾਇਸ਼ ਹੈ ਮੇਰੀ, ਮੈਂ ਉੱਤੇ ਰਹਿੰਦਾ ਕਮਰੇ 'ਚ, ਮੇਰੇ ਬੈੱਡਰੂਮ ਦੇ ਬਾਹਰ ਲੌਬੀ ਹੈ ਅਤੇ ਲੌਬੀ ਦੇ ਵਿੱਚ ਥੱਲੇ ਮੈਂ ਕਿਹਾ ਛੋਟਾ ਜਿਹਾ ਇੱਕ ਚੁੱਲ੍ਹਾ ਰੱਖ ਦੇ ਯਾਰ, ਬਿਜਲੀ ਵਾਲਾ, ਛੋਟੀ ਜਿਹੀ ਚਾਹ ਵਾਲਾ ਰੱਖ ਦੇ, ਦੁੱਧ ਰੱਖ ਦੇ, ਮੈਨੂੰ ਥੋੜ੍ਹੀ ਅਦਰਕ ਦੇ ਦੇ, ਪੱਤੀ ਰੱਖ ਦੇ, ਵੀ ਮੈਂ ਸਵੇਰ ਦੀ ਚਾਹ ਮੈਂ ਆਪੇ ਬਣਾ ਲਿਆ ਕਰਾਂ, ਮੈਨੂੰ ਨਾ ਡਿਸਟਰਬੈਂਸ ਨਾ ਹੋਵੇ। ਉਹਨਾਂ ਨੇ ਸਾਰਾ ਸਮਾਨ ਰੱਖਤਾ, ਦੁੱਧ ਰੱਖਤਾ, ਚਲੋ ਫਰਿੱਜ ਉੱਤੇ ਸੀਗੀ, ਅਤੇ ਮੈਂ ਸਾਰਾ ਸਮਾਨ ਰੱਖਣ ਤੋਂ ਬਾਅਦ ਮੈਂ ਸਵੇਰੇ ਪਹਿਲੇ ਦਿਨ ਚਾਹ ਬਣਾਈ, ਦੂਜੇ ਦਿਨ ਚਾਹ ਬਣਾਈ। 2 ਜਣੇ ਸੀ ਅਸੀਂ, ਆਰਾਮ ਨਾਲ ਮੈਂ ਇਕੱਲਾ ਉੱਠ ਕੇ ਰਿਲੈ ਆਪਣਾ ਵੀ ਪਾਣੀ ਪਾਇਆ, ਥੋੜ੍ਹਾ ਜਿਹਾ ਦੁੱਧ ਪਾ ਲਿਆ, ਡਿੱਪ ਵਾਲੀ ਚਾਹ ਹੀ ਪੀਣੀ ਹੁੰਦੀ ਹੈ ਉਹ, 10 ਕੁ ਮਿੰਟ ਦਾ ਪ੍ਰੋਸੈਸ ਹੁੰਦਾ ਹੀ ਹੈ, 7-8 ਮਿੰਟ ਦਾ, 10 ਲਾ ਲਓ ਚਲੋ ਪੁਣਦਿਆਂ ਪਣਦਿਆਂ, ਉਹ 10 ਕੁ ਮਿੰਟ ਬੜਾ ਇੱਦਾਂ ਆਰਾਮ ਨਾਲ ਇੰਜੋਏ ਕਰਨਾ, ਫਨ ਕਰਨਾ ਵੀ ਚਾਹ ਬਣਾਉਣ ਲੱਗੀਆਂ। ਸਾਰਾ ਦਿਨ ਤਾਂ ਕੰਮ ਇੱਦਾਂ ਦਾ ਕਰੀਦਾ ਨਹੀਂ, ਚਾਹ ਬਣਾਉਣ ਲੱਗੇ, ਚਾਹ ਬਣਾਉਣੀ, ਪੁਣਨੀ, ਹਰ ਚੀਜ਼ ਕਰਨੀ, ਵਧੀਆ ਲੱਗਣਾ, ਫਨ ਜਿਹਾ ਲੱਗਣਾ, ਨਜ਼ਾਰਾ ਜਿਹਾ ਆਉਣਾ। ਮੈਂ ਹੁਣ ਜਿਹੜੀ ਗੱਲ ਕਰਨੀ ਹੁਣ ਇੱਥੋਂ ਸ਼ੁਰੂ ਕਰਨ ਲੱਗਿਆ, ਹੁਣ ਨੋਟ ਤੁਸੀਂ ਆਹ ਕਰੋ, ਮੈਨੂੰ ਚਾਹ ਦਾ ਫਨ ਜਿਹਾ ਲੱਗਦਾ। ਮੈਂ ਹੁਣ ਰੋਜ਼ ਇੱਦਾਂ ਹੀ ਕਰਦਾ, ਚਲੋ ਮੈਂ ਚਾਹ ਆਪਣੀ ਸਵੇਰੇ ਆਪ ਬਣਾ ਲੈਂਦਾ। ਅੱਜ ਤੋਂ 1 ਸਾਲ ਪਹਿਲਾਂ ਮੈਂ ਪੂਰਾ ਖਾਣਾ ਇੱਕ ਦਿਨ ਦਾ ਇਕੱਲੇ ਰਹਿਣਾ, ਆਪੇ ਹੀ ਆਪਣਾ ਖਾਣਾ ਬਣਾਉਣਾ, ਸਬਜ਼ੀ ਵੀ, ਰੋਟੀ ਵੀ, ਸਭ ਕੁਛ। ਉਹ ਵੀ ਦਿਨ ਬੜਾ ਵਧੀਆ ਲੱਗਦਾ ਹੁੰਦਾ ਸੀ ਵੀ ਖਾਣਾ ਬਣਾ ਰਿਹਾ, ਪੂਰਾ ਖਾਣਾ ਆਪ ਬਣਾਉਣਾ, ਪ੍ਰੋਪਰ ਰੋਟੀ ਪਾਣੀ ਸਾਰਾ, ਬੜਾ ਫਨ ਹੋਣਾ ਵੀ ਕਿਆ ਬਾਤ। ਮੈਂ ਨਾ ਉੱਥੇ ਬੈਠਾ ਬੈਠਾ, ਜਦੋਂ ਮੈਂ ਚਾਹ ਦਾ ਕੰਮ ਨਿਬੜ ਗਿਆ, ਅਗਲੇ ਦਿਨ ਦਿਨੇ ਅਸੀਂ ਬੈਠੇ, ਮੈਂ ਕਿਹਾ ਯਾਰ ਬੜਾ ਨਜ਼ਾਰਾ ਆਉਂਦਾ, ਫਨ ਜਿਹਾ ਹੁੰਦਾ ਵੀ ਚਾਹ ਬਣਾਉਣ ਲੱਗੇ ਹਾਂ ਜਾਂ ਸਬਜ਼ੀ ਬਣਾਉਣ ਲੱਗੇ ਹਾਂ, ਅੱਜ ਸਬਜ਼ੀ ਰੋਟੀ ਸਭ ਕੁਛ, ਆਟਾ ਵੀ ਆਪ ਗੁੰਨਣਾ, ਸਾਰਾ ਕੰਮ ਆਪ ਕਰਨਾ, ਕਿੰਨਾ ਮੈਨੂੰ ਵਧੀਆ ਲੱਗਦਾ। ਮੈਂ ਇੱਦਾਂ ਗੱਲ ਕਰ ਰਿਹਾ, ਮੈਂ ਕਿਹਾ ਕਿੰਨਾ ਨਜ਼ਾਰਾ ਆਉਂਦਾ, ਸਾਰਿਆਂ ਨੂੰ ਕਿਉਂ ਨਹੀਂ ਆਉਂਦਾ, ਬਾਕੀਆਂ ਨੂੰ ਕਿਉਂ ਨਹੀਂ ਚਾਹ ਬਣਾਉਣ ਦਾ ਨਜ਼ਾਰਾ ਆਉਂਦਾ, ਰੋਟੀ ਪਕਾਉਣ ਦਾ ਨਜ਼ਾਰਾ ਆਉਂਦਾ, ਇਹਦਾ ਸਵਾਦ ਕਿਉਂ ਨਹੀਂ ਆਉਂਦਾ। ਮੈਂ ਉਹਨਾਂ ਨਾਲ ਸਾਰਿਆਂ ਨਾਲ ਇੱਦਾਂ ਗੱਲ ਕਰ ਰਿਹਾ ਅਤੇ ਕਹਿੰਦੇ ਪਤਾ ਨਹੀਂ ਜੀ, ਹੁਣ ਪਤਾ ਨਹੀਂ ਕਿਉਂ ਇੱਦਾਂ ਨਹੀਂ ਹੁੰਦਾ। ਮੈਂ ਫਿਰ ਇੱਕਦਮ ਉਹਨਾਂ ਨੂੰ ਕਿਹਾ, ਮੈਂ ਕਿਹਾ ਤਾਂ ਕਾਰਨ ਇਹ ਹੈ ਉਹ ਕੰਮ ਕਰਦੇ ਹੈ,
कम है जेड़ा ना उहदे विच ते फन करन विच, एक फन करना एक कम करना, कम साडी साइकी जे बैठा होया भी कम फन नहीं हो सकता, दिमाग च बैठा है। जदों ये हुंदा ना कि ये मेरा कम है ते ब्रेन एकदम इदां कम करदा, माइंड भी अच्छा कम, कम मतलब स्ट्रैस, कम मतलब औखा, कम मतलब बहुत औखा, ऐं सोची जांदा। कम दे नाल बहुत सारी मैमरी जुड़ी हुई है, कम करन लगा मेरा तो कम ही नहीं मुकदा। मैं जो पूछता भी कम की, रोटी बनानी, चाह प्रशादा, वही तो नज़ारा बड़ा आता। मैं जो कदे कदे करता हूँ मैं तो चाह चढ़ जाता भी अज किचन कम करते हैं, चलो बई कम करिए, गचक बनाने अज आप बनाने चाह चढ़ जाता, पर उन्हू नहीं चढ़ता, वह क्यों नहीं चढ़ता, क्योंकि उदा वो कम है, फन नहीं। जे मैनू लगता है जे मैं किचन च बढ़ जा तो मैं इनू समझा मेरा यही कम है, मेरा यही कम है, मेरा यही कम है, मेरी ड्यूटी है, मैनू लगता हफ्ते के बाद मेरा भी चाह चू लै जाना, फिर मैनू भी चाह बनाउणी औखी लगनी है, मेरे लिए फन नहीं रहना। समझियो गल, जे मैनू लग गए मेरे माइंड ने यह गल चक ली भी मेरा यह कम है तो मैं उन्हू फिर इंजॉय नहीं करना, इंजॉयमेंट निकल जानी है विचों, मेरा तो हुण कम है होर की करना, रोटी ही बनाउणी है। अगला कहिंदा रोटी बनाउण लगा बंदा किवें खुश हो सकता, यह तो कम करना पैंदा किते सौखा, रोटी बनाउणी बड़ी वधिया। जे तुसी फन कर रहे हो, फन है तुहाडे लई, कम नू फन बना लो, फन फन करो कम नू, ते जदों तुसी फन नू भी कम बना लोगे, फन करन गए हो किवें, ध्यान नाल सुन समझियो गल। एक बंदा जिथे बच्चे खिड़ झूलियां ते खेडण जांदे ने, सारे लोग फन करन जांदे ने, पर जिहड़े उत्थे कम करदे ने ओह ट्रेन च सारे बच्चे फन करते हैं, पर जिहड़ा उत्थे मैं 8 घंटे ट्रेन चलानी है वह कोई फन नहीं करता, जिहड़ा झूला घुमाउंदा वह कोई फन नहीं करता, क्योंकि उन्हां लई कम है, जिहड़ा माइंड च फन करन लई आया उहदे लई फन है। फन नूं भी जिद्दण कम नाल जोड़ लोगे तुहाडा फन खत्म हो जाणा। स्याणे होवोगे तो कम नूं भी फन बना लो, कमले होवोगे तो फन नूं भी अपना कम बना लो। शिमले गड्डी च जा रहे हैं, आ हा 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 आप चला रहे हैं, फन करन चले हैं शिमले, नज़ारा आ रहा है। एक बंदा बद सवारियां लेके गया, वह कम लगे है, वह कम समझ के चलिया भी मैं 5000 रुपया कमाना यार, आप 5000 लैना, 3000 बच जाना, मैं सवारी लेके चलिया, वो आपकी गड्डी, वह कोई फन फुन नहीं हो रहा, वह फन नहीं कर रहा, वह कम कर रहा। पर एक बंदा कम कर रहा उन्हू फन नहीं, एक बंदा फन कर रहा वह कम नू भी फन ही समझता भी चल कोई नहीं फन ही करांगे। फन मतलब चाह नाल एक ऐ चलिया जो खेडन चले, खेड समझना भी खेड ही है, एक खेडन चले हैं, कईयां दी खेड कईयां लई खेड कम है भी खेडना की कम है, तो पर कईयां लई कम भी एक खेड ही है। खेड तो कदे तुसी अक्कोगे नहीं, खेड तो कदे तुसी अक नहीं सकते, दुखी नहीं हो सकते, तुसी खेडन तो कदे बंदा अक नहीं सकता। कम नूं एक खेड जी समझ लो भी खेड है बस, एक मेरे लिए खेड जी है बस, एक ऐ मस्त हो के खेडन चले हैं, कर कम रहे हो समझते खेड हो, तुहाडा कम खेड बन गया, चले खेडन हो दिमाग च कम है, खेड भी तुहाडी बेकार होगी। तुसी ना कम नूं एक खेड जां एक मनोरंजन जां समझो, खेडांगे 10 मिनट चलते हैं नज़ारा लवेंगे। सच्ची मैं एक्सपीरियंस नाल कह सकदा पिछले 10 साल जिहड़े दमान लाए ना, वैसे तो चलो 25 साल हो जाने ने हुण, पर मैं 10 साल जिहड़े पिछले दमान लाए ने सच्ची प्रोपर फन ही सी, एक तरह नाल खेड सी, चलते हैं नज़ारे नाल सफ़र करांगे, फिर आनंद नाल बैठांगे, फिर उत्थे 2-4 मतलब एक खेड खेड जी स्वाद आना सी। जदों बोझ पा के करी दा भी अच्छा वे आ कम, फिर कोई स्वाद ही नहीं आता, कोई नज़ारा नहीं आता। कम नू खेड़ जी बना लो बस, एक मस्ती वधिया करना पर मैंटली तौर पर नज़ारा लेना, चलो सब्जियां बनाइए नज़ारा लीए आनंद लीए, ए सब्जी बनाओ
एक थॉट एक कम करना है हुण जब करना है वो गया सारा कुछ स्वाद थॉट पहला दे के तुरो अच्छा कम करना अज तक खेडांगे पूरा किचन च नज़ारे लेने आ सोच के चलो कम कर चलने कम के नाल पहले ही स्ट्रैस ला कर लो वो स्वाद नहीं आता करके देखियो भला हुण तो ट्राई करो कम नू एक फन जहा बना के खेड जी बना के चले स्वाद बहुत आता। मैं अपने लिए फन करदा चाह बना मेरे लिए कम नहीं है ता ही मैनू बोझ नहीं लगता बड़ा नज़ारा आता कदे सब्जी बना रोज ही भी कर सकता रोज़ 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 फन है कोई नहीं दस मिनट लगते अद्धा घंटा सब्जी नू लगू फन है जिदन मैं इनू कम समझ लिया भी मेरी तो ड्यूटी है मैनू करना ही पैना है उदन मेरे लिए भी पता छिड़ जाने चा होना चाहिए राजी रहो कायम रहो वीडियो लाइक भी करो शेयर जरूर कर दिया करो बाकियों तक वाहेगुरु जी का खालसा वाहेगुरु जी की फतह।